ਕਹਿੰਦੇ ਸਰਵਿਸਿਆਂ ਪਹਿਲੀ ਵਾਰੀ ਅਮਰੀਕਾ ਗਿਆ ਤੇ ਪਹਿਲੀ ਵਾਰੀ ਸੜਨਾ ਇੱਕ ਹਾਸ ਹੋਇਆ ਨਾ ਘਟਨਾ ਵਾਪਰੀ ਮੈਂ ਕਿਹਾ ਕੀ ਹੋਇਆ ਕਹਿੰਦਾ ਗੁਰਦਰਾ ਸਾਹਿਬ ਦੁਪਹਿਰ ਦਾ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕ ਕੇ ਤੇ ਸਾਨੂੰ ਗਰੰਥੀ ਸਿੰਘ ਸੇਵਾਦਾਰ ਕਹਿੰਦੇ ਆਓ ਭਾਈ ਸਾਹਿਬ ਤੁਹਾਨੂੰ ਸੈਰ ਕਰਾ ਲਈਏ ਮੌਸਮ ਉਥੇ ਵਧੀਆ ਬੰਦਾ ਦਿਨ ਵੇਲੇ ਵੀ ਘੁੰਮ ਸਕਦਾ ਉਥੇ ਟ੍ਰੈਫਿਕ ਹੁੰਦੀ ਨਹੀਂ ਇੰਨੀ ਕਹਿੰਦਾ ਅਸੀਂ ਘੁੰਮਣ ਚਲੇਗੇ ਨਾਲ ਸੇਵਾਦਾਰ ਨਾਲ ਗਰੰਥੀ ਸਿੰਘ ਤੇ ਤਿੰਨ ਜਾਣੇ ਅਸੀਂ ਕਹਿੰਦਾ ਇੱਕ ਗੱਡੀ ਸਰਦਾਰ ਸਾਹਿਬ ਆਏ ਲਿਆ ਕੇ ਸਾਡੇ ਬਿਲਕੁਲ ਲਾਗੇ ਡੱਕਤੀ ਕਹਿੰਦਾ ਜੀ ਬੈਹ ਜੋ ਕਹਿੰਦਾ ਅਸੀਂ ਨਵੇਂ ਗਏ ਸੀ ਚਲੋ ਉਹ ਤੇ ਪੁਰਾਣੇ ਸੀ ਅਸੀਂ ਡਰਦੇ ਡਰਦੇ ਗੱਡੀ 'ਚ ਬਹਿ ਗਏ ਤੇ ਗੱਡੀ 'ਚ ਬੈੰਧਿਆ ਸਾ ਸਰਦਾਰ ਸਾਹਿਬ ਨੇ ਕੰਨ ਨੂੰ ਫੂਨ ਲਾ ਲਿਆ ਕਹਿੰਦਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਅਸੀਂ ਡਰ ਗਏ ਵੀ ਕਿਤੇ ਗਲਤੀ ਕਰ ਬੈਠੇ ਆ ਪਹਿਲੀ ਵਾਰ ਬਾਹਰ ਆਏ ਆ ਕੋਈ ਕਾਨੂੰਨ ਦੀ ਉਲੰਘਣਾ ਹੋ ਗਈ ਕਿਤੇ ਪੁਲਿਸ ਵਾਲਾ ਨਾ ਹੋਵੇ ਸਿਵਲ ਵਰਦੀ ਪਾਈ ਆਂਦਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਅਸੀਂ ਥੋੜੀ ਜੀ ਗੱਡੀ ਉਹਨੇ ਤੋਰੀ ਅਸੀਂ ਕਹਾਂ ਜੀ ਗੁਰਦੁਆਰਾ ਤੇ ਉਧਰ ਆ ਕਹਿੰਦਾ ਪਤਾ ਮੈਨੂੰ ਗੁਰਦੁਆਰਾ ਉਧਰ ਆ ਛੱਡਾਉਂ ਤੁਹਾਨੂੰ ਗੁਰਦੁਆਰੇ ਕਹਿੰਦਾ ਘਰ ਜਾ ਕੇ ਉਹਨੇ ਗਰਾਜ ਚ ਗੱਡੀ ਲਾਈ ਸਾਨੂੰ ਕਹਿੰਦਾ ਉੱਤਰ ਆਓ ਭਾਈ ਸਾਹਿਬ ਉਤਰੇ ਜਾਂਦਿਆਂ ਨੂੰ ਕਹਿੰਦਾ ਜ਼ਮੀਨ ਤੇ ਕਪੜਾ ਵਿਛਾਇਆ ਹੋਇਆ ਸੀ ਕਹਿੰਦਾ ਬਹਿ ਜਾਓ ਇਹ ਕਹੇ ਜੀ ਕਾਦੇ ਲਈ ਕਹਿੰਦਾ ਪਾਪਾ ਜੀ ਦਾ ਸ਼ਰਾਬ ਦਾ ਅੰਦਾ ਦੋਵਾਂ ਜੀਆਂ ਨੇ ਛੁੱਟੀ ਕੀਤੀ ਆ ਤਾਂ ਸਵੇਰ ਦੇ ਪੰਜ ਬੰਦੇ ਲੱਭਣ ਦੇ ਸੀ ਲੱਭ ਨਹੀਂ ਸੀ ਰਿਆ ਦੋ ਤਿੰਨ ਗੁਰਦੁਆਰੇ ਗਿਆ ਕਹਿੰਦਾ ਤੁਹਾਨੂੰ ਵੇਖ ਕੇ ਚਾਹ ਚੜ ਗਿਆ ਘਰ ਵਾਲੀ ਨੂੰ ਫੋਨ ਕੀਤਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਉੱਥੇ ਦੱਸ ਦੇਣਾ ਸੀ ਸਾਡਾ ਸਾਹ ਸੁੱਕਿਆ ਪਿਆ ਬਿਸ਼ਾਇਦ ਕਿਸੇ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਤੁਸੀਂ ਵੀ ਲੱਭ ਕੇ ਲੈ ਕੇ ਆਉਣਾ ਤੁਸੀਂ ਤੇ ਆਪਣੇ ਹੋਮ ਮਿਨਿਸਟਰ ਨੂੰ ਫੋਨ ਕੀਤਾ ਵੀ ਲੱਭ ਕੇ ਲੈ ਕੇ ਆਉਣਾ ਕਹਿੰਦਾ ਅਸੀਂ ਕਹਿੰਦੇ ਪ੍ਰਸ਼ਾਦਾ ਛੱਕੇ ਤੇ ਤੁਰਨ ਆਏ ਆ ਤਰਸ ਕਰੋ ਸਾਡੇ ਤੇ ਵੀ ਅਸੀਂ ਤੇ ਖਾ ਲਿਆ ਪ੍ਰਸ਼ਾਦਾ ਪਹਿਲਾਂ ਹੀ ਨਹੀਂ ਸੇਅਰ ਕਰਨ ਆਇਆ ਖਾਣਾ ਪੈਣਾ ਭਾਜੀ ਤੁਹਾਨੂੰ ਪਾਪਾ ਜੀ ਵਾਸਤੇ ਬਣਾਇਆ ਸੀ ਕਹਿੰਦਾ ਪਾਪਾ ਜੀ ਤੁਸੀਂ ਆਪਣੇ ਪਾਪਾ ਜੀ ਬਣਾਇਆ ਨਾ ਵੀ ਸਾਡੇ ਤੇ ਤਰਸ ਕਰੋ ਤੁਸੀਂ ਕਹਿੰਦਾ ਜੀ ਧੱਕੇ ਨਾਲ ਸਾਨੂੰ ਬਿਠਾਤਾ ਸਾਡੇ ਘਰ ਹੀ ਥਾਲੀਆਂ ਰੱਖਤੀਆਂ ਖੀਰ ਬਣਾਈ ਰਹਿਤਾ ਬਣਾਇਆ ਕਹਿੰਦਾ ਸਾਡੇ ਕੋ ਰਿਆ ਨਹੀਂ ਗਿਆ ਹੈਗੇ ਸੀ ਉਹ ਸਦਾ ਕਹਿੰਦਾ ਉਹ ਸਦਾ ਕਹਤਾ ਉਹ ਕਹਿੰਦਾ ਜਿਉਂਦੇ ਪਾਪਾ ਜੀ ਦੀ ਸੇਵਾ ਕੀਤੀ ਸੀ ਕਦੀ ਜਿਉਂਦੇ ਪਾਪਾ ਜੀ ਕਹਿਣ ਵੀ ਸਾਰੇ ਟੱਬਰ ਦੀ ਸਬਜੀ ਬਣੀ ਪਾਪਾ ਜੀ ਕਹਣਾ ਅੱਜ ਦਲੀਆ ਬਣਾ ਦੋ ਤੇ ਕਈ ਤੇ ਬਣਾ ਦਿੰਦੀਆਂ ਉਹਨਾਂ ਉਹਨਾਂ ਘਾੜੀ ਤੇ ਸਿਰ ਝੁਕਦਾ ਜਿਹੜੀਆਂ ਮੇਰੀਆਂ ਭੈਣਾਂ ਸੇਵਾ ਕਰਦੀਆਂ ਤੇ ਕਈ ਕਹਿੰਦੇ ਚੁੱਪ ਕਰਕੇ ਖਾ ਲਾ ਨਖਰੇ ਕਰਦਾ ਹੋਰ ਕੁਝ ਨਹੀਂ ਐ ਇੰਨੀ ਮਿਲਦੀ ਥੋੜਾ ਸੱਚ ਜਾਣਿਓ ਇੱਕ ਘਰਾਂ 'ਚ અપਮਾਨ ਹੁੰਦਾ ਹੈ ਉਹ ਫਿਰ ਚੁੱਪ ਕਰਕੇ ਵਿਚਾਰੇ ਖਾ ਲੈਂਦੇ ਨੇ ਤੇ ਮਗਰੋਂ ਗਰੰਥੀਆਂ ਦੇ ਨਾਸੀ ਧੂੰ ਦਿੱਤਾ ਹੁੰਦਾ ਵੀ ਤੂੰ ਖਾ ਖੀਰ ਤੂੰ ਖਾ ਪੂੜੇ ਤੂੰ ਖਾ ਇਹ ਸਮਾਨ ਤੇ ਸਾਡੇ ਪਾਪਾ ਜੀ ਨੂੰ ਪਚਾਓ ਜਿਉਂਦੇ ਸੇਵਾ ਕਰੋ ਜਿਉਂਦੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਕਈ ਵਾਰੀ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਨਹੀਂ ਉਹਨਾਂ ਨੂੰ ਚਾਹੀਦਾ ਕੋਈ ਸ਼ਾਮਾਂ ਸਵੇਰੇ ਉੱਠ ਕੇ ਉਹਨਾਂ ਦਾ ਹਾਲ ਪੁੱਛ ਲਵੇ ਐਦਾਂ ਪੁੱਛ ਲਵੇ ਪਾਪਾ ਜੀ ਠੀਕ ਜੇ ਮਾਤਾ ਜੀ ਅੱਜ ਲੇਟ ਹੋ ਥੇ ਜੇ ਕੀ ਗੱਲ ਹੈ ਕੁਝ ਨਾ ਕਰੋ ਮਾਤਾ ਜੀ ਦੇ ਬੈੱਡ ਤੇ ਬੈਠ ਕੇ 10 ਮਿੰਟ ਲਤਾਂ ਹੀ ਦਬਾ ਦਿਓ ਜਿਹੜੀ ਉਹਦੇ ਅੰਦਰੋਂ ਅਸੀਸ ਨਿਕਲਣੀ ਹੈ ਨਾ ਦੁਨੀਆਂ ਤੇ ਕੋਈ ਬ੍ਰਹਮ ਗਿਆਨੀ ਨਹੀਂ ਹੈਗਾ ਹੋਰ ਜਿਹੜੇ ਮਾਂ ਦਾ ਮੁਕਾਬਲਾ ਕਰ ਸਕੇ ਪਰ ਪਖੰਡੀਆਂ ਬਾਬਿਆਂ ਮਗਰ ਤੇਲ ਦੀਆਂ ਸੀਸੀਆਂ ਲੈ ਕੇ ਤੁਰੇ ਫਿਰਦੇ ਆ ਵੀ ਬਾਬਾ ਜੀ ਦੀ ਮਾਲਸ਼ ਕਰਨੀਆਂ ਬਾਬਾ ਜੀ ਨੂੰ ਪੱਖੀ ਚੱਲ ਏਸੀ ਰੂਮ 'ਚ ਵੀ ਪੱਖੀਆਂ ਚੱਲੀ ਜਾਂਦੇ ਉੱਥੇ ਮੈਂ ਕਹਤਾ ਆ ਤਿੰਨਾ ਦਿਨਾਂ 'ਚ ਇੰਨੇ ਪਖੰਡੀ ਬਾਬਿਆਂ ਦੇ ਸੇਵਕਾਂ ਦੇ ਫੋਨ ਆਏ ਇਦਾਂ ਭੁੱਗਦੇ ਉਹਨਾਂ ਦੇ ਹੱਕ ਵਿੱਚ ਵਰੇ ਰਬਦਾਨਾ ਇਹ ਤੋਂ ਪਤਾ ਲੱਗਦਾ ਕਿ ਕਿਦਾਂ ਅਗਲਿਆਂ ਨੇ ਸੁਸਰੀ ਵਾਂਗੂ ਇਹਨਾਂ ਨੂੰ ਸਵਾਇਆ ਹੋਇਆ ਉਹ ਨਹੀਂ ਚਾਹੁੰਦੇ ਦਿਮਾਗ ਆਪਣਾ ਵਰਤਣ ਪਰ ਵਰਤੋ ਦਿਮਾਗ ਆਪਣਾ ਕਿਸੇ ਦੇ ਮੋਤਾਜ ਨਾ ਹੋ ਅ ਸਟੇਜ ਤੇ 3 ਫੁੱਟ ਉੱਚਾ ਬੈਠਾ ਸਿਰਫ ਵਿਚਾਰਾਂ ਕਰ ਲਈ ਉਹ ਤੋਂ ਬਾਅਦ ਅਸੀਂ ਤੁਹਾਡੇ ਵਰਗੇ ਆ ਆਪਾਂ ਇਕੱਠੇ ਭੈਣ ਭਰਾਵਾਂ ਗੁਰਮਤਿ ਦੀਆਂ ਗੱਲਾਂ ਕਰਦੇ ਆ ਬੈਠ ਕੇ ਇਕੱਠੇ ਪ੍ਰਸ਼ਾਦਾ ਰਾਤ ਛਕਿਆ ਸੀ ਆਪਾਂ ਇਦਾਂ ਇਹ ਐ ਅਸਲੀ ਗੱਲ ਬਾਬਾ ਜੀ ਵਾਸਤੇ ਦਲੀਆ ਬਣਾਓ ਜੀ ਬਾਬਾ ਜੀ ਆਹ ਦਾਲ ਨਹੀਂ ਖਾਂਦੇ ਬਾਬਾ ਜੀ ਆ ਚੌਲ ਨਹੀਂ ਖਾਂਦੇ ਜੇਕਰ ਤੇ ਇਹ ਕੰਮ ਗੁਰੂ ਨਾਨਕ ਸਾਹਿਬ ਵੇਲੇ ਹੁੰਦੇ ਪ੍ਰਚਾਰ ਕਰ ਲੈਂਦੇ ਭਲਾ